ਲੈ ਮਗਾਣ ਵਾਲੇ ਤੇ ਉਹ ਚਾਚੂ ਐਂਜ ਐਂਜ ਕਰਨ ਵਾਲਾ ਹੈਗਾ ਵਾ ਕੀ ਐਂਜ ਕਰਨ ਵਾਲਾ ਪੁੱਤ ਜਿਹੜਾ ਐਂਜ ਐਂਜ ਨਿਆਣੇ ਕਰਦੇ ਆ ਕਿੱਦਾਂ ਦੇ ਛਾਰੇ ਕਰੀ ਜਾਂਦਾ ਵਾ ਕੀ ਲੈਣਾ ਕੀ ਆ ਤੂੰ ਓਏ ਗੇਮ ਜਈ ਆ ਐਂਜ ਐਂਜ ਪਤਾ ਨਹੀਂ ਐਂਜ ਐਂਜ ਕੀ ਕਰਦੇ ਉਹਦਾ ਉਹ ਟਕ 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 ਵੱਜਦੇ ਆ ਕਰਕੇ ਮੈਨੂੰ ਨਹੀਂ ਪਤਾ ਕੀ ਆ ਬਸ ਬੱਚੇ ਨੇ ਕਿਹਾ ਕਹਿੰਦਾ ਲਿਆ ਕੇ ਦੋ ਮੈਨੂੰ ਆਹਲੀ ਆ ਤੇ ਛਾਰੇ ਤਾਂ ਤੂੰ ਸਿੱਧੇ ਕਰ ਲਵੇ ਬੰਦਿਆ ਕਦੀ ਐ ਕਰੀ ਜਾਂਦਾ ਕਦੀ ਐ ਕੀ ਚੱਕੀ ਆ ਰਿਹਾ ਵਾ ਆਹ ਲੈਣਾ ਵਾ ਹਾਂਜੀ ਹਾਂਜੀ ਇਹ ਹੀ ਸ਼ਾਇਦ ਲੈ ਆ 50 ਰੁਪਏ ਜਾਵਾਂ ਨਾ ਜੀ ਹਾਂਜੀ ਠੀਕ ਹੈ ਜੀ ਲੋ ਚਾਚੀ ਜੀ ਹਾਂ ਲੋ ਠੀਕ ਆ ਜਾਓ ਜੀ ਇਹ ਵੀ ਮੰਗਾ ਲੈਣਾ ਵਾ ਬਸ ਸਮਾਨ ਹੋਰ ਅਸਲਾਮ ਵਾਲੇਕਮ ਭਾਈ ਜਾਨ ਵਾਲੇਕਮ ਸਲਾਮ ਚੰਗੀ ਨਹੀਂ ਕੀਤੀ ਇਸ ਵਾਰੀ ਭਾਈ ਜੀ ਕੀ ਕਰਤਾ ਜੀ ਮੈਂ ਤੁਹਾਡੇ ਨਾਲ ਕੀ ਹੋਇਆ ਜੀ ਹਰ ਸਾਲ ਤੇਰੇ ਕੋਲ ਕਿਤਾਬਾਂ ਲੈ ਕੇ ਜਾਂਦੇ ਆ ਤੈਨੂੰ ਪਤਾ ਹਨਾ ਸ਼ੁਕਰੀਆ ਜੀ ਤੁਸੀਂ ਲੈ ਕੇ ਜਾਂਦੇ ਠੀਕ ਆ ਉਹ ਭਾਈ ਹਰ ਸਾਲ ਤੇਰੇ ਕੋਲ ਕਿਤਾਬਾਂ ਲੈ ਕੇ ਜਾ ਰਹੇ ਆ ਵਾ ਪਰਸਾ 20 ਸਾਲ ਹੋ ਗਏ ਆ ਸਾਰੇ ਨਿਆਣੇ ਪਾਸ ਹੋ ਗਏ ਯਾਰ ਕੀ ਨਿਆਣਾ ਫੇਲ ਹੋ ਗਿਆ ਤੇ ਫਿਰ ਫੇਲ ਹੋ ਗਈ ਕਿਤਾਬਾਂ ਤਾਂ ਅਸੀਂ ਦੇਤੀਆਂ ਉਹ ਭਾਈ ਸਹੀ ਕਿਤਾਬਾਂ ਦਿੰਦਾ ਪਾਸ ਤਾਂ ਹੋਵੇ ਨਿਆਣਾ ਭਾਈ ਮੈਂ ਤਾਂ ਕਿਤਾਬਾਂ ਦੇਣੀਆਂ ਮੈਂ ਤਾਂ ਸਹੀ ਕਿਤਾਬਾਂ ਦਿੱਤੀਆਂ ਕਿਹੜੀ ਹਰ ਸਾਲ ਤੇਰੇ ਕੋਲ ਮੈਂ ਕਿਤਾਬਾਂ ਲੈ ਕੇ ਜਾਂਦਾ ਕੋਈ ਵਾਧਾ ਘਾਟਾ ਹੋਇਆ ਜਾਂ ਕਿੰਨਾ ਆਧਾਰ ਕੀਤਾ ਕਦੇ ਤੇਰੇ ਨਾਲ ਭਾਈ ਆਧਾਰ ਦਾ ਕੰਮ ਹੀ ਹੈ ਨਹੀਂ ਸਾਡਾ ਆਧਾਰ ਹੀ ਦਿੰਦੇ ਹੀ ਨਹੀਂ ਮੁੰਡੇ ਨੂੰ ਸਦੋ ਹੀ ਕਿਹੜੀ ਕਲਾਸ 'ਚ ਪੜ੍ਹਦਾ ਉਹ ਭਾਈ ਪੰਜਵੀਂ ਦੀਆਂ ਕਿਤਾਬਾਂ ਲੈ ਗਿਆ ਤੇਰੇ ਕੋਲੋਂ ਮੈਂ ਉਹਨੂੰ ਕਿਹਾ ਸੀ ਆਪਣੀ ਪੁਰਾਣੀ ਦੁਕਾਨ ਤੋਂ ਉੱਥੋਂ ਹੀ ਲੈ ਕੇ ਆਉਣੀਆਂ ਇੱਥੋਂ ਹੀ ਲੈ ਗਿਆ ਕਿਤਾਬਾਂ ਉਹ ਮੇਰਾ ਵੀਰ ਪੜ੍ਹਨਾ ਨਿਆਣੇ ਨੇ ਨਿਆਣਿਆਂ ਨੂੰ ਤਾਂ ਸਦੋ ਕਿਹੜਾ ਨਿਆਣਾ ਕਿਹੜੀਆਂ ਕਿਤਾਬਾਂ ਲੈ ਗਿਆ ਵਾ ਸਾਡਾ ਕਾਕਾ ਗੱਲ ਸੁਣ ਰਿਹਾ ਦੱਸ ਕਿੱਥੋਂ ਕਿਤਾਬਾਂ ਲੈ ਗਿਆ ਚਾਚੀ ਕੋਲ ਲੈ ਗਿਆ ਮੈਂ ਕਿਤਾਬਾਂ ਆ ਤੇਰਾ ਪੋਤਾ ਕਿਤਾਇਆ ਪੋਤਾ ਹੈ ਲੈ ਪੋਤਾ ਮੇਰਾ ਜਵਾਨ ਪੋਤਾ ਮੇਰਾ ਕੀ ਹੋ ਗਿਆ ਸਾਜ ਜੀ ਉਹ ਤੇਰੇ ਤੋਂ ਵੱਡਾ ਤੇਰਾ ਪੁੱਤ ਲੱਗਣ ਦਿਆ ਵਾ ਉਹ ਭਾਈ ਮੇਰਾ ਜਵਾਨ ਪੋਤਾ ਮਾਸ਼ਾਅੱਲਾ ਇਹ ਕਿਹੜੇ ਜਮਾਤ 'ਚ ਪੜਦਾ ਵਾ ਭਾਈ ਇਹ ਪੰਜਵੀਂ 'ਚ ਪੜਦਾ ਵੈਸੇ ਇਹਦਾ ਕਦ ਮਾਸ਼ਾਅੱਲਾ 14ਵੀਂ ਵਾਲਾ ਵਾ ਉਹ ਇਹਦਾ ਜ਼ਿਹਨ ਪੰਜਵੀਂ ਵਾਲਾ ਹੀ ਹੈ ਉਹ ਮੇਰਾ ਭਰਾ ਤੂੰ ਇੰਜ ਕਰ ਇਹਦੇ ਜ਼ਿਹਨ ਨੂੰ ਪੰਜਵੀਂ ਵਾਲੇ ਸਕੂਲ 'ਚ ਭੇਜ ਤੇ ਇਹਦੇ ਕਦ ਨੂੰ 14ਵੀਂ ਵਾਲੀ ਕਲਾਸ 'ਚ ਭੇਜ ਐਦਾਂ ਭੇਜ ਇਹਨੂੰ ਇਹ ਕੋਈ ਪੜਨ ਪੜਨਾ ਨਹੀਂ ਬੜਾ ਜ਼ੀਰ ਬੱਚਾ ਸਾਰੀ ਰਾਤ ਪੜਦਾ ਵਾ ਮੈਂ ਉੱਠ ਉੱਠ ਦੇਖਦਾ ਸਾਰੀ ਰਾਤ ਪੜਦਾ ਹੁੰਦਾ ਇਹ ਆ ਪੁੱਛੋ ਜੀ ਇਹਦੇ ਕੋਲੋਂ ਸਾਰੀ ਸਾਰੀ ਰਾਤ ਪੜਦਾ ਇਹ ਆਪ ਉਹ ਤੇ ਕਿੱਦਾਂ ਪੜਦਾ ਤੂੰ ਮੈਂ ਸਾਰੀ ਸਾਰੀ ਰਾਤ ਪੜਦਾ ਉੱਠ ਉੱਠ ਕੇ ਰਾਤ ਨੂੰ ਅੱਛਾ ਸੁਭਾਨ ਜਿਹੜਾ ਉੱਠਦਾ ਮੈਨੂੰ ਯਾਦ ਹੀ ਰਹਿੰਦਾ ਤਬਕ ਲੈ ਉਹ ਤੂੰ ਮੇਰਾ ਪੁੱਤ ਰਾਤ ਨੂੰ ਸੋਇਆ ਕਰ ਤੇ ਦਿਨੇ ਪੜਿਆ ਕਰ ਮੈਂ ਦਿਨੇ ਯਾਦ ਹੀ ਰਹਿੰਦਾ ਯਾਰ ਮੈਂ ਹੀ ਕਰਾਂ ਹੁਣ ਨੇ ਬਦਾਮ ਖਾ ਲੇ ਮੈਂ ਕਾਜੂ ਖਾ ਲੇ ਆ ਕਾਜੂ ਖਾ ਖਾ ਕੇ ਮੂੰਹ ਨਾ ਦੇਣਾ ਕੀ ਹਾਲ ਹੋ ਗਿਆ ਤੂੰ ਕਹਿੰਦਾ ਵੀ ਸਬਕ ਨਹੀਂ ਯਾਦ ਰਹਿੰਦਾ ਇਹਨੂੰ ਉਹ ਮੇਰਾ ਵੀਰ ਇਹਨੇ ਆਪਣੀ ਕਿਤਾਬਾਂ ਹੀ ਜਿੰਨੇ ਨੇ ਮੈਂ ਬਦਾਮ ਲੱਗ ਗਏ ਵਾਹ ਉਹ ਸਦਕੇ ਜਾਵਾਂ ਇਹਦੇ ਨਾਲ ਤੂੰ ਪੜ ਲੈਂਦਾ ਨਾ ਬਦਾਮ ਬਦੂਮ ਤੇ ਜ਼ੋਰ ਦਿੰਦਾ ਤੂੰ ਤਾਂ ਖਾਣ ਪੀਣ ਤੇ ਜ਼ੋਰ ਰੱਖਿਆ ਵਾ ਅੱਛਾ ਇਹ ਤਾਂ ਐਡਾ ਸਾਰਾ ਤੂੰ ਹੋ ਗਿਆ ਵਾ ਜ਼ਿਹਨ ਤੇਰਾ ਐਡਾ ਕੀ ਜਾ ਗਿਆ ਤੇ ਅੱਲਾ ਦੀ ਕੁਦਰਤ ਵੱਡੇ ਹੋਣ ਦੀ ਉਹ ਮੇਰਾ ਭਰਾ ਇਹਨੇ ਖਾਣ ਪੀਣ ਤੇ ਜ਼ੋਰ ਦਿੱਤਾ ਵਾ ਇਹਨੂੰ ਕੋਈ ਦਿਨੇ ਪੜਾਇਆ ਕਰੋ ਤੇ ਰਾਤ ਨੂੰ ਸੁਆਇਆ ਕਰੋ ਬਹੁਤ ਪੜਦਾ ਭਾਈ ਸਾਈ ਸਾਈ ਰਾਤ ਪੜਦਾ ਇਹ ਉਹ ਤਾਂ ਮੈਨੂੰ ਦੇਖਦਾ ਜੀ ਜਿੰਨਾ ਕੁ ਪੜਦਾ ਇਦਾਂ ਦੇ ਰਾਤ ਨੂੰ ਪੜਦੇ ਨਹੀਂ ਹੁੰਦੇ ਚਾਚਾ ਫਿਲਮਾਂ ਦੇਖ ਕੇ ਸੌਂਦੇ ਆ ਹੁੰਦਾ ਨਹੀਂ ਮੇਰਾ ਪੁੱਤ ਬਹੁਤ ਪੜਦਾ ਸ਼ਰੀਫ ਪੁੱਤ ਆ ਮੇਰਾ ਦੇਖ ਦਿਨੇ ਬਾਹਰ ਵੀ ਨਹੀਂ ਨਿਕਲਦਾ ਚਿੱਟਾ ਪਿਆ ਚਿੱਟਾ ਬਾ ਚਿੱਟਾ ਹੀ ਆ ਔਰ ਦਿਨੇ ਕੱਢੇਗਾ ਤਾਂ ਕਾਲਾ ਹੋਊਗਾ ਦੱਸ ਪਾ ਤੂੰ ਕਿੰਨਾ ਪੜਦਾ ਤੂੰ ਰਾਤ ਨੂੰ ਮੈਂ ਬਹੁਤ ਪੜਦਾ ਯਾਰ ਤੈਨੂੰ ਵੀ ਪਤਾ ਤੂੰ ਮੇਰੇ ਘਰ ਰਹਿਣਾ ਉਹ ਜੇ ਤੂੰ ਪੜਿਆ ਹੁੰਦਾ ਤੂੰ ਪਾਸ ਹੋ ਜਾਂਦਾ ਕਿਤਾਬਾਂ ਦਾ ਕਸੂਰ ਨਾ ਕੱਢਦਾ ਤੂੰ ਕਿਤਾਬਾਂ ਦਾ ਕਸੂਰ ਕੱਢੀ ਗਿਆ ਨਹੀਂ ਆਪਾਂ ਨੂੰ ਕਿਤਾਬਾਂ ਵਾਪਸ ਕਰ ਦੇ ਜਾਂ ਚੱਕ ਲਿਆ ਕਿਤਾਬਾਂ ਤੂੰ ਆ ਫੜ ਭਾਈ ਆਪਣੀਆਂ ਕਿਤਾਬਾਂ ਮੋੜ ਸਾਨੂੰ ਨਹੀਂ ਚਾਹੀਦੀਆਂ ਇਹ ਕਿਤਾਬਾਂ ਫੇਲ ਹੋਣ ਵਾਲੀਆਂ ਉਹ ਭਾਈ ਫੇਲ ਹੋਣ ਵਾਲੀਆਂ ਕਿਤਾਬਾਂ ਕਿਤਾਬਾਂ ਤਾਂ ਇੱਕ ਜਿਹੀਆਂ ਆ ਸਾਰੀਆਂ ਨਹੀਂ ਭਾਈ ਅਸੀਂ ਹੋਰ ਪਾਸੋਂ ਲੈ ਲੈਨੇ ਆ ਉਹ ਤੁਹਾਡਾ ਮੁੰਡਾ ਹੀ ਫੇਲ ਕਰਾ ਦਾ ਪਤਾ ਨਹੀਂ ਕਿਹੋ ਜਿਹੀਆਂ ਕਿਤਾਬਾਂ ਦਿੱਤੀਆਂ ਉਹ ਮੇਰਾ ਭਰਾ ਮੇਰੇ ਕੋਲ ਵਿੱਚੋਂ ਵਰਕੇ ਲਾਦਾ ਵਿਹਲੇ ਆ ਖਾਲੀ ਆ ਉਹ ਭਾਈ ਸਾਰੀ ਕਿਤਾਬ ਭਰੀ ਹੋਈ ਆ ਲਿਖੀ ਕਿਤਾਬ ਆ ਕੀ ਹੋ ਗਿਆ ਤੁਹਾਨੂੰ ਨਹੀਂ ਭਾਈ ਸਾਨੂੰ ਨਹੀਂ ਕਹੀ ਤੂੰ ਆਪਣੀਆਂ ਕਿਤਾਬਾਂ ਵਾਪਸ ਕਰ ਮੈਨੂੰ ਪੈਸੇ ਦੇ ਚੱਲ ਬਹੁਤੀਆਂ ਗੱਲਾਂ ਨਾ ਸੁਣਾ ਉਹ ਲੈ ਨਿਆਣਾ ਤੁਹਾਡਾ ਨਹੀਂ ਪੜਦਾ ਆ ਜਾਂਦੇ ਇਹ ਕਿਤਾਬਾਂ ਲੈ ਤੂੰ ਟੈਨਸ਼ਨ ਲੈ ਮੈਂ ਤੈਨੂੰ ਦੂਜੀ ਦੁਕਾਨ ਤੋਂ ਕਿਤਾਬਾਂ ਲੈ ਕੇ ਦੇਗਾ ਤੇਰਾ ਕੋਈ ਕਸੂਰ ਨਹੀਂ ਪਾਸ ਹੋਏਗਾ ਤੇਰੇ ਕੋਲ ਪਾਸ ਕਰਾ ਕੇ ਰਵਾਂਗਾ ਲੈ ਜਦੋਂ ਇਹ ਦੁਕਾਨ 'ਚ ਹੀ ਬੰਨਣਾ ਇਹ ਸ਼ਕਲ ਹੀ ਹੈ ਨਹੀਂ ਭੜਾਕੂਆਂ ਵਾਲੀ ਇਹ ਕੰਮ ਕੁਮ ਕਰੇ ਜਾ ਕੇ ਚੱਲ ਮੇਰਾ ਪੁੱਤ ਕੰਮ ਕੀ ਕਰੇ ਬਾਈ ਪੜਨ ਵਾਲਾ ਮੁੰਡਾ ਸਾਡਾ
ਕੋਈ ਜ਼ਿਆਦਾ ਹੀ ਪੜਨ ਵਾਲਾ ਵਾ ਜਾਂ ਇਹਨੂੰ ਕਿਤੇ ਝੰਗ ਬਾਜ਼ਾਰ ਲਵਾ ਜਾ ਕੇ ਕੋਈ ਕੱਪੜੇ ਕੁਪੜੇ ਦਾ ਕੰਮ ਕਰੇ ਛੱਡ ਕੇ ਝੰਗ ਬਾਜ਼ਾਰ ਆ ਨਾ ਮੈਂ ਤੇ ਖਲੋਨਾ ਆ ਕੇ ਉਹ ਜਾ ਜਾ ਚੱਲ ਜਾ ਮੇਰਾ ਪੁੱਤ ਚੱਲ ਤੂੰ ਨਾ ਗੱਲਾਂ ਕਰ ਤੂੰ ਜਾ ਕੇ ਝੰਗ ਬਾਜ਼ਾਰ ਕੱਪੜਾ ਆ ਕੇ ਕੱਢ ਆਇਆ ਕਰਕੇ ਨਾ ਪੁੱਤ ਨਾ ਇਦਾਂ ਮੂੰਹ ਨਹੀਂ ਇਹਨੂੰ ਬਾਹਰ ਆ ਗਏ ਸਿਰ ਖਪਾਉਣ